गुरु रूप गुरु प्यारी सतसंग जी पहला ते गुरु वालों बख्शी फतेह की सांझ पाओ गज के आखो वाहेगुरु जी का खालसा वाहेगुरु जी की फतेह। तुसी बहुत वधाई दे पात्र जो जेड़े अपने रझेव्या चो समा कढ के इत्थे पहुंचे जो एक नौजवान के पिछे जिहड़ा नौजवान पंजाब दे हक्कां की गल करता नधड़क हो के ये जिहड़ा परचा हुकूमत ने पाया है ये तुसी ये नहीं समझना भी कल्ले लखे सधाणे दे उत्ते परचा पिया ये परचा हुकूमत ने हर उस नौजवान ते पाया है जिहड़ा हुकूमत दे दाबे नूं नहीं चलदा जिहड़ा हुकूमत दे अगे वंगार के खड़दा है ये परचा हर उस नौजवान ते है। देखो जिहड़ी सरकार है एक मिनट नारे बाद चला लिओ कोई गल नहीं इत्थे नारे ला के जावांगे आप सर जणे जिहड़ी सरकार है जिहड़ी हुकूमत है उन्हें कोशिश की कीती है उन्हें एक परचा पाया भी वेखदे आ भी पंजाब दे जिहड़े नौजवान ने इन्हां दी नब्ज टो के वेखो भी इन्हां ते इक झूठा परचा पा दिओ ते ये बाद कट्ठे होंदे कि नहीं होंदे। हुण तुसी कट्ठे होए जो लखे सधाणे दी मदद दे पिछे जां उहदे पिछे खड़न लई मेरी एक तुहानूं बेनती है भी आपणा जो कुछ भी हैगा है पंजाब दे विच जो साडे नाल धक्का हो रहा है लखे दे पिछे खड़ गए हाँ एक मशहूर चेहरा है पर तुसी अपने मना च एक गल सोच के वेखो कई ऐसे सैकड़े नौजवान होने आ जिन्हां ते झूठे परचे पए आ जिहड़े जेलां च रोल रहे आ जिन्हां दे पिछे कोई खड़ नहीं सकदा क्योंकि लोकां नूं पता नहीं। सो हुकूमत नूं असीं इह गल कहणी चाहुंदे आ भी एक पासे तुसी नारे दिंदे जो भी भाई मुख धारा च शामिल हो जाओ गैंगस्टरां नूं तुसी कहिंदे जो भी छड्ड के बंदूकां ते समाज च आ जाओ ते जे कोई समाज च आया ते उहनूं तुसी झूठे परचे पा के मजबूर करदे जो भी फिर उह काम ते तुरे। सो तुसी जे ते नौजवानां नूं वाकई चाहुंदे जो भी नौजवान मुख धारा च रहन शांतमई रह के संघर्ष करन ते फिर जिहड़ा टो टो के सानूं वेखदे जो वेखणा बंद कर दिओ ਇਹ ਨਾ ਸੋਚੋ ਵੀ ਸਾਡਾ ਖੂਨ ਕਿਤੇ ਚਿੱਟਾ ਹੋ ਗਿਆ ਜਾਂ ਸਾਨੂੰ ਲੜਨਾ ਨਹੀਂ ਆਉਂਦਾ ਸਾਰਾ ਕੁਝ ਸਾਨੂੰ ਕਰਨਾ ਆਉਂਦਾ ਹੈ। ਅੱਜ ਉਹਨਾਂ ਮਹਾਨ ਯੋਧਿਆਂ ਦੀ ਬਰਸੀ ਹੈ ਜਦੋਂ ਹਕੂਮਤ ਨੇ ਆਪਣੇ ਕਾਨੂੰਨ ਕਾਇਦੇ ਤੋੜ ਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਜਿਹੜਾ ਜਨਰਲ ਵੈਦਿਆ ਕਹਿੰਦਾ ਸੀ ਵੀ ਦੋਵਾਂ ਘੰਟਿਆਂ ਦੀ ਖੇਡ ਆ ਸੰਤਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਬੰਨ੍ਹ ਕੇ ਦਿੱਲੀ ਲੈ ਕੇ ਜਾਊਂਗਾ ਉਸ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਨੂੰ ਪੂਨੇ ਜਾ ਕੇ ਸੁੱਖੇ ਨੇ ਭਾਈ ਜਿੰਦੇ ਨੇ ਠੋਕਿਆ ਸੀ ਅੱਜ ਉਹਨਾਂ ਦੀ ਬਰਸੀ ਹੈ ਉੱਥੇ ਵੀ ਜਾਣਾ ਹੈ। ਸੋ ਮੈਂ ਹਕੂਮਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਕੂਮਤ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦਾ ਨੌਜਵਾਨ ਉਸ ਰਾਹ 'ਤੇ ਨਾ ਤੁਰੇ ਅਤੇ ਕਾਨੂੰਨ ਤੁਹਾਡੇ ਹੱਥ 'ਚ ਕਾਨੂੰਨ ਦੀ ਜਿਹੜੀ ਕਿਤਾਬ ਤੁਹਾਡੇ ਹੱਥ 'ਚ ਜੱਜ ਤੁਹਾਡੇ ਨੇ ਕੋਰਟ ਤੁਹਾਡੇ ਨੇ ਪੁਲਿਸ ਤੁਹਾਡੀ ਹੈ ਜਿਹੜੀ ਜਾਂਚ ਹੁਣ ਹੋਈ ਹੈ ਵੀ ਲੱਖਾਂ ਨਿਰਦੋਸ਼ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤੁਹਾਡੇ ਕੋਲ ਕਦੋਂ ਐਨਕਾਂ ਨਹੀਂ ਸੀ ਲੱਗੀਆਂ ਜਾਂ ਤੁਹਾਡੀ ਨਿਗਾਹ ਘੱਟ ਗਈ ਸੀ ਵੀ ਤੁਹਾਨੂੰ ਪਤਾ ਨਹੀਂ ਲੱਗਾ ਵੀ ਲੱਖਾਂ ਦੋਸ਼ੀ ਹੈ ਕਿ ਨਿਰਦੋਸ਼ ਹੈ ਜਿਹੜਾ ਨੌਜਵਾਨ ਨਸ਼ਿਆਂ ਦੇ ਖਿਲਾਫ ਬੋਲਦਾ ਹੈ ਉਸੇ ਨੌਜਵਾਨ 'ਤੇ ਨਸ਼ਿਆਂ ਦਾ ਪਰਚਾ ਪਾਤਾ ਇਹ ਕਿੱਡੀ ਬੇਸ਼ਰਮੀ ਅਤੇ ਬੇਹਾਈ ਦੀ ਗੱਲ ਹੈ। ਇੱਕ ਮੈਂ ਅਪੀਲ ਅਖੀਰ 'ਤੇ ਪੁਲਿਸ ਵਾਲੇ ਜਵਾਨਾਂ ਨੂੰ ਕਰਨੀ ਹੈ ਦੇਖੋ ਤੁਸੀਂ ਇੱਥੇ ਰਹਿਣਾ ਪੱਕੇ 5 ਸਾਲੀ ਕੁਰਸੀ ਬਦਲ ਜਾਂਦੀ ਹੈ ਤੁਸੀਂ ਇਹ ਹਕੂਮਤ ਕੀ ਕਰਦੀ ਹੈ ਵੀ ਤੁਹਾਡੇ ਸਿਰ 'ਤੇ ਤੁਹਾਡੇ ਮੋਢੇ 'ਤੇ ਬੰਦੂਕ ਰੱਖ ਕੇ ਨੌਜਵਾਨਾਂ 'ਤੇ ਚਲਾਉਂਦੀ ਹੈ ਪਹਿਲਾਂ ਪਰਚਾ ਪਵਾਤਾ ਫਿਰ ਤੁਹਾਡੇ ਕੋਲੋਂ ਸਪਸ਼ਟੀਕਰਨ ਦਵਾਇਆ ਵੀ ਨਹੀਂ ਜੀ ਅਸੀਂ ਜਾਂਚ ਕਰ ਲਈ ਹੈ ਹਕੂਮਤ ਆਪਣੇ ਆਪ ਨੂੰ ਫਿਰ ਬਰੀ ਕਰ ਗਈ ਹੋ ਸਕਦਾ ਇੱਥੇ ਇਕੱਠ ਨਾ ਕਰਦੇ ਵੀ ਪਰਚਾ ਤਾਂ ਵਾਪਸ ਹੋ ਗਿਆ ਪਰ ਇਕੱਠ ਕਿਉਂ ਕੀਤਾ ਉਹਦਾ ਕਾਰਨ ਇਹ ਹੈ ਵੀ ਹਕੂਮਤ ਨੂੰ ਇਹ ਸਮਝ ਲਓ ਵੀ ਇੱਥੇ ਜਿੰਨੇ ਬੈਠੇ ਨੇ ਉਹ ਲੱਖੇ ਸਧਾਣੇ ਬੈਠੇ ਨੇ ਕਿਸੇ ਵੀ ਇੱਕ ਨੌਜਵਾਨ ਦੇ ਨਾਲ ਤੁਸੀਂ ਧੱਕਾ ਕਰਦੇ ਜੋ ਤਾਂ ਇੱਦਾਂ ਕੌਮ ਇਕੱਠੀ ਹੋਣੀ ਸਿੱਖੇ। ਇੱਕ ਅਪੀਲ ਮੈਂ ਅਖੀਰ 'ਤੇ ਸਾਰੇ ਥਾਂ 'ਤੇ ਜਾ ਕੇ ਕਰਦਾ ਇੱਥੇ ਵੀ ਕਰਨੀ ਹੈ ਉਹ ਅਪੀਲ ਮੇਰੀ ਇਹ ਹੈ ਵੀ ਅਸੀਂ ਛਿੱਤਰ ਤਾਂ ਖਾ ਰਹੇ ਹਾਂ ਖੁਆਰੀ ਸਾਡੀ ਤਾਂ ਹੋ ਰਹੀ ਹੈ ਕਿਉਂਕਿ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਗੁਰੂ ਨੂੰ ਪਿੱਠ ਵਿਖਾ ਦਿੱਤੀ ਹੈ ਮੂੰਹ ਸਿਰ ਮਨਾ ਲਏ ਨੇ ਤੰਬਾਕੂ ਲਾਉਂਦੇ ਹਾਂ ਜਰਦੇ ਲਾਉਂਦੇ ਹਾਂ ਨਸ਼ੇ ਪੱਤੇ ਕਰਦੇ ਹਾਂ ਟੀਕੇ ਲਾ ਲਾ ਮਰੀ ਜਾਂਦੇ ਹਾਂ ਅਤੇ ਹਕੂਮਤ ਨੂੰ ਪਤਾ ਵੀ ਇਹ ਕੰਮ ਕਰਦੇ ਮਰੀ ਜਾਣ ਕੋਈ ਗੱਲ ਨਹੀਂ। ਸੋ ਇਸ ਕਰਕੇ ਜਿੰਨਾ ਚਿਰ ਗੁਰੂ ਘਰ ਨਹੀਂ ਵੜਦੇ ਜਿੰਨਾ ਚਿਰ ਅਨੰਦਪੁਰ ਘਰੇ ਨਹੀਂ ਵੜਦੇ ਜਿੰਨਾ ਚਿਰ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਨਹੀਂ ਬਣਦੇ ਅਤੇ ਭੈ ਤੋਂ ਮੁਕਤ ਨਹੀਂ ਹੁੰਦੇ ਬਾਣੀ ਕੀ ਕਹਿੰਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਜਿਹੜੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਰ ਮੌਕੇ 'ਤੇ ਤੁਹਾਨੂੰ ਭੈ ਤੋਂ ਮੁਕਤ ਕਰਦੀ ਹੈ ਉਸ ਬਾਣੀ ਨੂੰ ਪੜ੍ਹਨਾ ਬਾਣੀ ਬਾਣੇ ਦੇ ਧਾਰਨੀ ਬਣਨਾ ਫਿਰ ਪੰਜਾਬ ਦੇ ਵਿੱਚ ਸਾਨੂੰ ਆਜ਼ਾਦੀ ਮਿਲਣੀ ਹੈ ਨਹੀਂ ਤਾਂ ਅੱਜ ਲੱਖੇ 'ਤੇ ਪਰਚਾ ਪਿਆ ਹੈ ਕੱਲ੍ਹ ਨੂੰ ਕੋਈ ਹੋਰ ਲੱਖ ਆ ਜਾਊਗਾ ਇੱਥੇ 3-4 ਲੱਖ ਲੱਖੇ ਵਰਗੇ ਨੌਜਵਾਨ ਅਗਲਿਆਂ ਗੋਲੀ ਨਾਲ ਮਾਰ ਦਿੱਤੇ ਨੇ
8 10 लाख नौजवान नशे का टीका ना मारते हैं, कंधा कंधा जिहड़े पुत सी नौजवान जिहड़े नशे का टीका नाल चला के मर गए ने। सो हुकूमत मेरी इनकुआरी भी कहते कर रहे हैं, कोई MLA बयान दे दिंदा भी जेल सुट दिओ, कोई मंत्री बयान दिंदा भी इन्हां नूं फड़ के मार दिओ गोली कितें। मैं गल कहिंदा भी तुहानूं ना हाथ नहीं लगे चंगी तरह किसी दे, तुसीं मूँह चुक के बयान दे दिंदे जो फलाने नूं फड़ लिओ फलाने नूं फड़ लिओ, भी तुहानूं की लगता भी असीं काल कोठड़ी कोई जेल चूल नहीं वेखी कदी? जे सानूं डर लगता असी उन्हां दी कौम चों आ जिन्हां बंद बंद कटाया, जिन्हां आरियां ते चढ़े आ, जिन्हां रंबियां फराइयां अपने शरीर के उत्ते, जिन्हां दा जमूरां नाल मास नोया गया। सो सानूं ये जेलां जूलां दे डरावे ना पाओ, जे कोई तुसीं काम करना है ते तुहाडे हत्थ च कानून है, तुहाडे हत्थ च कानून दी किताब है, पुलिस है, फौज है, जज, सारा कुछ तुहाडे कोल, साडे कोल कुछ नहीं गा। जे कुछ करना है ते कानून दी व्यवस्था सुधार लो, नहीं ते दुनिया दे उत्ते कोई ऐसा राज नहीं टिकिया जिन्हें अपनी प्रजा दे नाल धक्का कीता होवे ते कोई राजा दावा कर सकता मसदी भी रहना इत्थे, राज ये भी नहीं रहना। सो इस करके ना राज की गल करन तो आपां झगणा है, ये साडा अधिकार है। महाराज ने कहा राज बिना ना धर्म चले है, धर्म बिना सब दले मले है। राज तो बिना कुछ नहीं चलता, तो राज तो बिना धर्म नहीं चलता, धर्म तो बिना साडे पल्ले की है। सानू जिहड़ी जिंदगी चो कढ के मालक सच्चे पातशाह ने सरदार बनाया तो क्या भी इन गरीब सिख उनको द्यो पातशाही, अज उस तो पिट विखाउण दा करके साडी खुआरी हो रही है। इन्नियां क बेनतियां करनियां सी, अगे जाना है, डट के साथ देना नौजवानों का। कोई भी नौजवान होवे जिथे परचा पैंदा किसी ते, किसी सिख की पग नूं को हत्थ पाउंदा है, गुरु महाराज की बेदबी करन दा ख्याल किसी दे मन च आउंदा है, कोई चिट्टा वेचण वाला वपारी है, सब का डट के मुकाबला करना है। प्रशासन के हाथ खड़े हो गए ने, यह कहते साडे वास की गल नहीं, तुसीं आप कर लो। सो नौजवानों नूं अपील है भी तुसीं अपने मोढ़ियां दे उत्ते भार चुको। इन्नियां क गल्लां दा खेमा दा जा चुकियां, जे को बोलदे भुल चुकोगे भी उहदे लई खेमा। वाहिगुरू जी का खालसा, वाहिगुरू जी की फतेह। बोले सो निहाल।